ਹਰੋ ਦੋਸਤੋ ਵੈਲਕਮ ਬੈਕ ਟੂ ਮਾਈ ਚੈਨਲ ਲੱਕੀ ਸਿੰਘ ਐਚ 4 ਚੈਨਲ ਦੇ ਵਿੱਚ ਆਪਣਾ ਸਵਾਗਤ ਹੈ ਦੋਸਤੋ ਮੈਂ ਉਮੀਦ ਕਰਨਾ ਤੁਸੀਂ ਸਭ ਚੰਗੇ ਹੋਗੇ ਅੱਛੇ ਹੋਗੇ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਇਨਫੋਰਮੇਸ਼ਨ ਕਲੀਅਰਟੀ ਨਾਲ ਲੈ ਕੇ ਆਏ ਆ ਤੇ ਅੱਗੇ ਤੇ ਦੋਸਤੋ ਹਿੰਦੀ ਦੇ ਵਿੱਚ ਵੀਡੀਓ ਬਣਾਈਆਂ ਨੇ ਅੱਜ ਪੰਜਾਬੀ ਦੇ ਵਿੱਚ ਵੀ ਵੀਡੀਓ ਬਣਾਈ ਹੈ ਕਾਫੀ ਆਪਣੇ ਵੀਰ ਭਰਾ ਕਹਿੰਦੇ ਨੇ ਭਾਜੀ ਪੰਜਾਬੀ ਦੇ ਵਿੱਚ ਵੀ ਵੀਡੀਓ ਬਣਾਇਆ ਕਰੋ ਤੇ ਅੱਜ ਆਪਾਂ ਵੀਰ ਜੀ ਲੈ ਕੇ ਆਏ ਹਾਂ ਤੁਹਾਡੇ ਲਈ ਕਿ ਜਿਹੜਾ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਇਸ ਟਾਈਮ ਪੂਰਾ ਓਪਨ ਹੈ ਵਿਜ਼ਟਰ ਵੀਜ਼ਾ ਪੂਰਾ ਓਪਨ ਹੈ ਤੁਸੀਂ ਇਸ ਟਾਈਮ ਚੰਗੀ ਤਰ੍ਹਾਂ ਕਿਸ ਤਰੀਕੇ ਨਾਲ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਤੇ ਕਿੰਨਾ ਕੁ ਟਾਈਮ ਤੁਹਾਨੂੰ ਲੱਗ ਸਕਦਾ ਹੈ ਤੇ ਇਸ ਟਾਈਮ ਦੋਸਤੋ ਤੁਸੀਂ ਸਮਰਸਿਨ ਸ਼ੁਰੂ ਹੋ ਗਿਆ ਹੈ ਤੇ ਤੁਸੀਂ ਆਰਾਮ ਦੇ ਨਾਲ ਆਪਣਾ ਵੀਜ਼ਾ ਲੈ ਸਕਦੇ ਹੋ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੁਸੀਂ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ ਤੁਹਾਡੇ ਵਾਸਤੇ ਇਸ ਟਾਈਮ ਹੈ ਬਹੁਤ ਵਧੀਆ ਟਾਈਮ ਹੈ ਜਿਹੜੇ ਵੀ ਵੀਰ ਭਰਾ ਆਪਣੇ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਜਿਹੜੇ ਵੀ ਆਪਣਾ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਉਹ ਉਹਨਾਂ ਵਾਸਤੇ ਇਸ ਟਾਈਮ ਬਹੁਤ ਵਧੀਆ ਹੈ ਤੇ ਇਸ ਟਾਈਮ ਵੀਜ਼ੇ ਲਾ ਕੇ ਕਾਫੀ ਆ ਰਹੇ ਨੇ ਤੇ ਬਹੁਤ ਵੀਰ ਭਰਾਵਾਂ ਦਾ ਇਸ ਟਾਈਮ ਵੀਜ਼ਾ ਲੱਗਿਆ ਹੈ ਤੇ ਤਾਂ ਕਰਕੇ ਤੁਹਾਡੇ ਵਾਸਤੇ ਦੋਸਤੋ ਆਪਾਂ ਇਹ ਵੀਡੀਓ ਲੈ ਕੇ ਆਏ ਆਂ ਜੋ ਜਿਆਦਾ ਸਮਾਂ ਨਾ ਲੈਂਦੇ ਹੋਏ ਤੁਹਾਡੇ ਵਾਸਤੇ ਚਲੋ ਜਿਹੜੀ ਵੀ ਆਪਾਂ ਗੱਲ ਕਰਨੀ ਹੈ ਜਲਦੀ ਤੋਂ ਗੱਲ ਸ਼ੁਰੂ ਕਰਨੇ ਆ ਚਲੋ ਦੋਸਤੋ ਤੇ ਦੋਸਤੋ ਅੱਜ ਆਪਾਂ ਜਿਹੜੀ ਗੱਲ ਮੇਨ ਕਰਨੀ ਹੈ ਉਹ ਇਹ ਹੈ ਕਿ ਕੈਨੇਡਾ ਦਾ ਟੂਰਿਸਟ ਵੀਜ਼ਾ ਇਸ ਟਾਈਮ ਕਾਫੀ ਲੋਕਾਂ ਦਾ ਲੱਗਿਆ ਹੈ ਵਿਜ਼ਟਰ ਵੀਜ਼ਾ ਬਹੁਤ ਲੋਕਾਂ ਦਾ ਲੱਗਿਆ ਹੈ ਜਿਹੜੇ ਵੀ ਵੀਰ ਭਰਾਵਾਂ ਦੇ ਰਿਲੇਸ਼ਨ ਦੇ ਵਿੱਚ ਬੰਦੇ ਹੈਗੇ ਨੇ ਰਿਲੇਸ਼ਨ ਦੇ ਵਿੱਚ ਆਪਣੇ ਹੈਗੇ ਨੇ ਕੈਨੇਡਾ ਦੇ ਵਿੱਚ ਉਹਨਾਂ ਕੋਲ ਸਪான்ਸਰ ਮੰਗਵਾ ਲੈਣਾ ਤੇ ਸਪான்ਸਰ ਮੰਗਵਾ ਕੇ ਆਪਣੀ ਇੱਥੋਂ ਫਾਈਲ ਰੈਡੀ ਕਰਕੇ ਤੇ ਦੋਸਤੋ ਆਪਣਾ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਅਪਲਾਈ ਕਰ ਲੈਣਾ ਤੇ ਜਿਨ੍ਹਾਂ ਦਾ ਵੀਰ ਭਰਾਵਾਂ ਦਾ ਕੋਈ ਨਹੀਂ ਹੈਗਾ ਤੇ ਉਹ ਮੇਰੇ ਵੀਰ ਭਰਾ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਿੱਦਾਂ ਕਰ ਸਕਣਗੇ ਉਹ ਮੈਂ ਤੁਹਾਨੂੰ ਦੱਸਣਾ ਉਹ ਹੋਟਲ ਬੁਕਿੰਗ ਸਪான்ਸਰ ਦੀ ਜਗ੍ਹਾ ਆਪਣੀ ਹੋਟਲ ਬੁਕਿੰਗ ਲਾ ਲੈਣਾ 10 ਦਿਨ ਦੀ 12 ਦਿਨ ਦੀ ਤੇ ਆਪਣੀ ਜਿੱਥੇ-ਜਿੱਥੇ ਕੋਈ ਟੋਰਾਂਟੋ ਬ੍ਰਿਟਿਸ਼ ਕੋਲੰਬੀਆ ਜਿਹੜੇ ਵੀ ਸ਼ਹਿਰ ਵੈਂਕੂਵਰ ਕੈਲਗਰੀ ਜਿੱਥੇ ਵੀ ਜਾਣਾ ਚਾਹੁੰਦੇ ਨੇ ਉਹ ਆਪਣੀ ਵਧੀਆ ਜਿਹਾ ਹੋਟਲ ਲੱਭ ਕੇ ਉੱਤੇ ਹਫ਼ਤੇ ਦੀ 10 ਦਿਨ ਦੀ ਹੋਟਲ ਬੁਕਿੰਗ ਕਰਕੇ ਤੇ ਬਾਕੀ ਮੈਂ ਡਾਕੂਮੈਂਟ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਇੱਕ ਵਾਰ ਫੇਰ ਦੱਸ ਦਿਨਾ ਕਿ ਆਪਣਾ ਪਾਸਪੋਰਟ 6 ਮਨਥ ਵੈਲਿਡਿਟੀ ਹੋਣੀ ਚਾਹੀਦੀ ਆਪਣੀ ਪਾਸਪੋਰਟ 35Y45 ਦੇ ਦੋਸਤੋ ਵਾਈਟ ਬੈਕਗਰਾਉਂਡ ਮੈਟ পেਪਰ ਹੋਵੇ ਲੱਗਾ ਹੋਇਆ ਤੇ ਬਹੁਤ ਵਧੀਆ ਹੈ ਤੇ ਦੋਸਤੋ ਦੇ ਨਾਲ ਤੁਹਾਡੀ 3 ਸਾਲ ਦੀ ਆਈਟੀਆਰ ਜਿਹੜੀ ਘੱਟੋ-ਘੱਟ 6 ਲੱਖ ਦੀ ਮਿਨੀਮਮ ਹੋਵੇ ਤੇ ਜਾਦਾ ਵਧੀਆ ਹੈ ਦੋਸਤੋ ਇਸ ਟਾਈਮ ਤੁਹਾਡਾ ਬੈਂਕ ਬੈਲੈਂਸ ਤੇ ਤੁਸੀਂ ਕੱਲਾ ਜਾਣਾ ਚਾਹ ਰਹੇ ਹੋ ਦੋਸਤੋ ਘੱਟੋ-ਘੱਟ ਤੇ 7 ਲੱਖ ਮਿਨੀਮਮ 6 ਤੋਂ 7 ਲੱਖ ਮਿਨੀਮਮ ਹੋਵੇ ਤੇ ਤੁਸੀਂ ਦੋ ਜਣੇ ਜਾ ਰਹੇ ਹੋ ਹਸਬੰਡ ਵਾਈਫ ਜਾ ਰਹੇ ਹੋ ਕਪਲ ਜਾ ਰਹੇ ਹੋ ਦੋਸਤੋ ਤੁਸੀਂ ਤੇ ਘੱਟੋ ਘੱਟ ਮੈਂ ਤੁਹਾਨੂੰ ਆਪਣੇ ਵੱਲੋਂ ਐਡਵਾਈਸ ਕਰ ਰਿਹਾ ਕਿ ਮੈਨੂੰ ਤੁਹਾਡੇ ਸੇਵਿੰਗ ਅਕਾਊਂਟ ਦੇ ਵਿੱਚ 10 ਲੱਖ ਰੁਪਏ ਹੋਣਾ ਚਾਹੀਦਾ ਤੇ ਤੁਹਾਡਾ ਕਰੰਟ ਅਕਾਊਂਟ ਬਿਜ਼ਨਸ ਰਜਿਸਟ੍ਰੇਸ਼ਨ ਉਹ ਦੋਸਤੋ ਸਾਰੇ ਹੀ ਪ੍ਰੂਫ ਤੁਸੀਂ ਲਾਓ ਤੇ ਟਰੈਵਲ ਇੰਸ਼ੋਰੈਂਸ ਜਿਹੜੇ ਵੀ ਤੁਹਾਡੇ ਪ੍ਰਾਪਰਟੀ ਦੇ ਪੇਪਰ ਨੇ ਤੇ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ 6 ਮਹੀਨੇ ਪੁਰਾਣੀ ਲਾਓ ਬੈਂਕ ਬੈਲੈਂਸ ਸਰਟੀਫਿਕੇਟ ਲਗਾਓ ਤੇ ਦੋਸਤੋ ਇਸ ਤੋਂ ਇਲਾਵਾ ਤੁਹਾਡੀ ਪ੍ਰਾਪਰਟੀ ਕਿੰਨੀ ਹੈ ਪ੍ਰਾਪਰਟੀ ਵੈਲਿਊਏਸ਼ਨ ਲਗਾ ਸਕਦੇ ਹੋ ਨਾਲ ਐਫ ਡੀ ਆਰ ਡੀ ਲਗਾ ਸਕਦੇ ਹੋ ਨਾਲ ਇਸ ਤੋਂ ਇਲਾਵਾ ਦੋਸਤੋ ਐਲ ਆਈਸੀ ਲਗਾ ਸਕਦੇ ਹੋ ਨਾਲ ਜਿਹੜੇ ਵੀ ਤੁਹਾਡੇ ਫਾਈਲ ਨੂੰ ਸਟਰੋਂਗ ਕਰਨਗੇ ਪੇਪਰ ਉਹ ਸਾਰੇ ਤੁਸੀਂ ਲਗਾ ਸਕਦੇ ਹੋ ਤੇ ਇਸ ਤੋਂ ਇਲਾਵਾ ਦੋਸਤੋ ਆਪਣੀ ਕਨਫਰਮ ਟਿਕਟ ਲਗਾਓ ਤੇ ਕਨਫਰਮ ਹੋਟਲ ਬੁਕਿੰਗ ਲਗਾਓ ਤੇ ਟ੍ਰੈਵਲ ਇੰਸ਼ੋਰਸ ਲਗਾਓ ਆਪਣੀ ਵੀਐਫਐਸ ਤੋਂ ਦੋਸਤੋ ਆਪਣੀ ਪੋਰਟਮੈਂਟ ਲੈ ਕੇ ਤੇ ਆਪਣੀ ਫਾਈਲ ਜਮ੍ਹਾਂ ਕਰਾਓ ਆਪਣੇ VFS ਐਪਲੀਕੇਸ਼ਨ ਫਾਰਮ ਚੰਗੀ ਤਰ੍ਹਾਂ ਵਧੀਆ ਕਲੀਅਰਟੀ ਦੇ ਨਾਲ ਤੁਸੀਂ ਕਲੀਅਰ ਫਾਰਮ ਭਰੋ ਤੇ ਆਪਣੀ ਦੋਸਤੋ ਆਪਣਾ ਵੀਜ਼ਾ ਅਪਲਾਈ ਕਰੋ ਤੇ ਇਸ ਤੋਂ ਇਲਾਵਾ ਦੋਸਤੋ ਆਪਣੀ ਸਾਰੀ ਫਾਈਲ ਚੈਕਲਿਸਟ ਚੰਗੀ ਤਰ੍ਹਾਂ ਚੈੱਕ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਦਾਂ ਆਪਣੀ ਫਾਈਲ ਰੈਡੀ ਕੀਤੀ ਹੈ ਤੇ ਸਾਰੀ ਆਈਟਨਰੀ ਦੇ ਵਿੱਚ ਅੱਛੀ ਤਰ੍ਹਾਂ ਦਿਖਾਓ ਡੇ ਟੂ ਡੇ ਕਿੱਥੇ ਤੁਸੀਂ ਜਾਣਾ ਹੈ ਕੀ ਤੁਹਾਡਾ ਬਿਜ਼ਨਸ ਹੈ ਸਾਰੀ ਗੱਲ ਤੁਸੀਂ ਕਲੀਅਰ ਕਰਕੇ ਦੋ ਪੇਪਰਾਂ ਤੇ ਵਿੱਚ ਰੈਡੀ ਰੱਖੋ ਤਾਂ ਕਿ ਕੋਈ ਵੀ ਜੇᱫੋ ਅੰਬੈਸਡਰ ਜਦੋਂ ਦੇਖਦਾ ਤੁਹਾਡੀ ਫਾਈਲ ਨੂੰ ਤੇ ਉਥੋਂ ਹੀ ਸਮਝ ਜਾਂਦਾ ਕਿ ਤੁਸੀਂ ਕੀ ਕੀ ਪੇਪਰ ਲਾਏ ਆ ਤੁਹਾਡਾ ਕੀ ਬਿਜ਼ਨਸ ਹੈ ਉਹ ਜ਼ਿਆਦਾ ਪੇਪਰ ਨਹੀਂ ਵੇਖਦਿਆ ਹੋਇਆ ਤੇ ਤੁਹਾਡੀ ਗੱਲ ਤੇ ਤੁਹਾਡੀ ਫਾਈਲ ਤੇ ਫੈਸਲਾ ਜਲਦੀ ਲੱਲੇਗਾ ਤੇ ਦੋਸਤੋ ਇਸ ਟਾਈਮ ਵੀਜਾਪੁਰੀ ਤਰੀਕੇ ਨਾਲ ਪੂਰਾ ਅਛੇ ਤਰੀਕੇ ਨਾਲ ਵੀਜ਼ਾ ਲੱਗ ਕੇ ਆ ਰਿਹਾ ਕਾਫੀ ਵੀਰ ਭਰਾਵਾਂ ਦਾ ਦੇਖਿਆ ਵੀ ਹੈ ਜਿਹੜੇ ਵੀਰ ਭਰਾਵਾਂ ਦਾ ਵੀਜ਼ਾ ਸਟੈਂਪ ਟੂਰਿਸਟ ਵੀਜ਼ਾ ਲੱਗ ਕੇ ਆਇਆ ਹੈ ਵਿਜ਼ਟਰ ਵੀਜ਼ਾ ਵੀ ਤੇ ਸਟੱਡੀ ਵੀਜ਼ਾ ਵੀ ਟਾਈਮ ਜ਼ਰੂਰ ਥੋੜਾ ਜਿਹਾ ਲੱਗ ਸਕਦਾ ਹੈ ਕਿਉਂਕਿ ਇਸ ਟਾਈਮ ਫਾਈਲ ਸਟੱਡੀ ਵੀਜ਼ਾ ਦੀ ਵੀ ਫਾਈਲ ਕਾਫੀ ਜਮ੍ਹਾਂ ਹੋਈ ਹੈ ਤੇ ਸਟੱਡੀ ਤੋਂ ਇਲਾਵਾ ਟੂਰਿਸਟ ਵੀਜ਼ਾ ਵੀ ਵਿਜ਼ਟਰ ਵੀਜ਼ਾ ਵੀ ਸਾਰੇ ਅਪਲਾਈ ਹੁੰਦੇ ਪਏ ਨੇ ਦੋਸਤੋ ਤੇ ਤਾਂ ਕਰਕੇ ਆਪਣਾ ਅੱਜ ਦੀ ਵੀਡੀਓ ਪਾ ਇਥੇ ਖਤਮ ਕਰਨੇ ਆ ਕਿ ਜਿਹੜੇ ਵੀਰ ਭਰਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਆਪਣਾ ਆਸਾਨੀ ਦੇ ਨਾਲ ਇਸਟੈਂਪ ਅਪਲਾਈ ਕਰ ਸਕਦੇ ਨੇ ਤੇ ਦੋਸਤੋ ਅੱਗੇ ਦੀ ਵੀਡੀਓ ਹੋਰ ਤੁਹਾਡੀ ਨਵੀਂ ਇਨਫੋਰਮੇਸ਼ਨ ਦੇ ਨਾਲ ਲੈ ਕੇ ਆਵਾਂਗੇ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਨੇ ਆ ਦੋਸਤੋ ਬਾਏ ਬਾਏ ਪਲੀਜ਼ ਚੰਗੀ ਲੱਗੀ ਤੇ ਦੋਸਤੋ ਵੀਡੀਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਦੋਸਤੋ ਤੇ ਥੈਂਕਸ ਬਾਏ ਬਾਏ